ਐਡਵੋਕੇਟ ਰਾਜੇਸ਼ ਸ਼ਨੀ, ਪ੍ਰਵਕਤਾ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼। 14 ਮਹੀਨੇ ਦੁਖਦ ਰੇਲ ਹਾਦਸੇ ਹੋ ਚੁੱਕੇ ਹੈ, ਲੇਕਿਨ ਬੜੀ ਸ਼ਰਮ ਕੀ ਬਾਤ ਹੈ ਕਿ ਪੰਜਾਬ ਸਰਕਾਰ, ਜਿਸ ਨੇ ਐਲਾਨ ਕੀਆ ਥਾ ਕਿ ਹਮ ਤਤਕਾਲ ਇਨ ਪਰਿਵਾਰੋਂ ਕੋ ਨੌਕਰੀ ਦੇਂਗੇ ਔਰ ਸਾਥ ਹੀ ਸਾਥ ਇਨ ਪਰਿਵਾਰੋਂ ਕੋ ਕਿ ਸਾਂਭ ਸੰਭਾਲ ਕਰੇਂਗੇ, ਉਨਕੋ ਨਵਜੋਤ ਸਿੰਘ ਸਿੱਧੂ ਨੇ ਅਡੋਪਟ ਕੀਆ ਥਾ ਔਰ ਇਸਕੇ ਸਾਥ ਜੋ ਰੇਲ ਹਾਦਸੇ ਕੇ ਦੋਸ਼ੀ ਹੈ ਉਨਕੋ ਸਜ਼ਾ ਵੀ ਦੀ ਜਾਏਗੀ। ਲੇਕਿਨ ਬੜੀ ਸ਼ਰਮ ਕੀ ਬਾਤ ਹੈ, 14 ਮਹੀਨੇ ਕੇ ਬਾਅਦ ਵੀ ਅੱਜ ਪਰਿਵਾਰੋਂ ਕੀ ਸੁੱਧ ਨਹੀਂ ਲਈ ਹੈ ਕਿਸੇ ਨੇ, ਨਾ ਨਵਜੋਤ ਸਿੰਘ ਸਿੱਧੂ ਨੇ ਸੁੱਧ ਲਈ ਹੈ, ਨਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਈ ਹੈ ਔਰ ਨਾ ਹੀ ਦੋਸ਼ੀਓਂ ਕੋ ਸਜ਼ਾ ਮਿਲੀ ਹੈ ਔਰ ਪਰਿਵਾਰ ਜੋ ਹੈ ਉਹ 14 ਮਹੀਨੇ ਸੇ ਭਟਕ ਰਹੇ ਹੈ। ਇਹ ਸ਼ਰਮ ਕੀ ਬਾਤ ਹੈ, ਭਾਰਤ ਕੇ ਲੋਕਤੰਤਰ ਕੇ ਇਤਿਹਾਸ ਮੇਂ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਸਰਕਾਰ ਸਭਸੇ ਝੂਠੀ ਸਰਕਾਰ ਸਾਬਿਤ ਹੋਈ ਹੈ। ਇਨ ਪ੍ਰਸ਼ਾਸਨ ਕੇ ਲੋਕ ਰੋਜ਼ ਆਤੇ ਹੈ ਔਰ ਨਏ ਨਏ ਵਾਅਦੇ ਕਰਕੇ ਚਲੇ ਜਾਤੇ ਹੈ, ਲੇਕਿਨ ਕੋਈ ਵੀ ਇਨਕੀ ਸੁੱਧ ਨਹੀਂ ਲੈ ਰਹਾ ਹੈ। ਹਮ ਸਭੀ ਲੋਕ ਇਨਕੇ ਸਾਥ ਹੈ, ਪਰਿਵਾਰੋਂ ਕੇ ਸਾਥ ਹੈ। ਜਬ ਤੱਕ ਇਨ ਪਰਿਵਾਰੋਂ ਕੋ ਇਨਸਾਫ ਨਹੀਂ ਮਿਲਤਾ, ਹਮ ਪਰਿਵਾਰੋਂ ਕੇ ਹਰ ਸੰਘਰਸ਼ ਮੇਂ ਸ਼ਾਮਿਲ ਰਹੇਂਗੇ ਔਰ ਪਰਿਵਾਰੋਂ ਕੇ ਸਾਥ ਹਰ ਤਰ੍ਹਾਂ ਕਾ ਜੋ ਹੈ ਪ੍ਰਦਰਸ਼ਨ ਕਰਤੇ ਰਹੇਂਗੇ। ਮੇਰਾ ਨਾਮ ਦੀਪਕ ਕੁਮਾਰ ਹੈ। ਹਮਾਰੀ ਡਿਮਾਂਡਸ ਤੋਂ ਕੁਛ ਹੈ ਨਹੀਂ ਹੈ, ਜੋ ਹਮਾਰੇ ਸਾਥ ਵਾਅਦੇ ਕੀਏ ਗਏ ਹਮ ਤੋ ਸਰਕਾਰ ਸੇ ਵਹੀ ਕਹਿ ਰਹੇ ਕਿ ਜੋ ਹਮੇ ਵਾਅਦੇ ਕੀਏ ਗਏ ਵੋ ਆਪਣੇ ਵਾਅਦੇ ਪੂਰੇ ਕਰੇ। ਏਕ ਸਾਲ ਸੇ ਉੱਪਰ ਹੋ ਗਿਆ ਮੈਂ ਧੱਕੇ ਖਾਤੇ ਹੋਏ ਸਰਕਾਰੀ ਡਿਪਾਰਟਮੈਂਟ ਮੇਂ, ਪਤਾ ਨਹੀਂ ਕਹਾਂ ਕਿਆ ਸਿੱਧੂ ਕੇ ਪਾਸ, ਮੇਅਰ ਕੇ ਪਾਸ, ਹਰ ਜਗ੍ਹਾ ਪੇ ਹਮ ਧੱਕੇ ਖਾ ਖਾ ਕੇ ਆ ਗਏ ਹੈ। ਕਹੀਂ ਵੀ ਹਮਾਰੀ ਸੁਣਵਾਈ ਨਹੀਂ ਹੋ ਰਹੀ ਹੈ। ਹਾਰ ਕੇ ਹਮਨੇ ਟਰੈਕ ਪੇ ਬੈਠਣੇ ਦੀ ਕੋਸ਼ਿਸ਼ ਕੀ, ਤਬ ਵੀ ਹਮੇ ਰਿਟਰਨ ਮੇਂ ਇਹ ਵਾਅਦਾ ਕਰ ਦਿਆ ਗਿਆ, ਆਸ਼ਵਾਸਨ ਦੇ ਦਿਆ ਗਿਆ ਕਿ ਆਪਕੋ 22 ਤਰੀਕ ਕੋ, 22 ਅਕਤੂਬਰ ਕੋ ਆਪਕੇ ਸਾਰੇ ਜੋ ਵੀ ਆਪਣੇ ਵਾਅਦੇ ਕੀਏ ਵੋ ਪੂਰੇ ਕਰ ਦਿਏ ਜਾਏਂਗੇ। ਲੇਕਿਨ ਫਿਰ ਹਮਾਰੇ 3 ਮਹੀਨੇ ਬੀਤ ਗਏ ਲੇਕਿਨ ਅਭੀ ਤੱਕ ਕੋਈ ਹਮਾਰੀ ਸੁਣਵਾਈ ਨਹੀਂ ਹੋਈ। ਹਾਰ ਕੇ ਆਜ ਹਮ ਇਹ ਭੰਡਾਰੀ ਪੁਲ ਪੇ ਆ ਕੇ ਬੈਠੇ ਹੈ ਤਾਂ ਕਿ ਸ਼ਾਇਦ ਹਮਾਰੀ ਕਹੀਂ ਪਰ ਸੁਣਵਾਈ ਹੋ ਸਕੇ, ਠੀਕ ਹੈ। ਦੂਸਰਾ ਦਿਨ ਹੈ ਹਮਾਰਾ ਯਹਾਂ ਪੇ ਬੈਠੇ ਦਿਨ, ਹਮ ਰਾਤ ਕੋ ਵੀ ਯਹਾਂ ਪੇ ਬੈਠੇ ਇਤਨੀ ਠੰਡ ਮੇਂ ਯਹਾਂ ਪੇ ਆ ਕੇ ਬੈਠੇ ਹੈ, ਲੇਕਿਨ ਪ੍ਰਸ਼ਾਸਨ ਕਾ ਵੀ ਕੋਈ ਵੀ ਅਧਿਕਾਰੀ ਯਹਾਂ ਪੇ ਆ ਕੇ ਹਮ ਸੋਚ ਨੇ ਯੇ ਇੱਕ ਬਾਤ ਤੱਕ ਨਹੀਂ ਪੁੱਛੀ ਕਿ ਆਪ ਕਿਉਂ ਬੈਠੇ, ਕਿਸ ਲਈ ਬੈਠੇ, ਕਿਆ ਆਪਕੀ ਡਿਮਾਂਡ ਹੈ, ਯੇ ਕੁਛ ਹਮ ਅਬ ਸੇ ਅਭੀ ਤੱਕ ਅਭੀ ਬਾਤ ਹੀ ਨਹੀਂ ਹੈ ਹਮਾਰੀ। ਦੁਬਾਰਾ ਧਰਦੇ ਤੇ ਬੈਠੇ ਇੱਕ ਵਾਰ ਫੇਰ ਕੀ ਕਹਿਣਾ? 14 ਮਹੀਨੇ ਹੋ ਗਏ ਆ ਰੇਲ ਹਾਦਸੇ ਨੇ ਜੋੜੇ ਫਾਟਕਾਂ ਦੇ ਔਰ ਇਹਨਾਂ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਕੀਤੇ ਵਾਅਦੇ ਨਵਜੋਤ ਸਿੰਘ ਸਿੱਧੂ ਦੇ, ਕੈਪਟਨ ਅਮਰਿੰਦਰ ਸਿੰਘ ਦੇ ਅਤੇ ਜਿਹੜੀ ਪੰਜਾਬ ਕਾਂਗਰਸ ਸਰਕਾਰ ਦੇ, ਇਹਨਾਂ ਦੀ ਉਦੋਂ ਬਾਅਦ ਵਾਅਦ ਵੀ ਨਹੀਂ ਲਈ ਗਈ ਅਤੇ ਨਾ ਹੀ ਇਹਨਾਂ ਦੇ ਵਾਅਦੇ ਪੂਰੇ ਕੀਤੇ ਗਏ। ਬੜੀ ਸ਼ਰਮ ਵਾਲੀ ਗੱਲ ਆ ਕਿ ਇੱਕ ਇੰਨੇ ਹਾਦਸੇ ਦੇ ਵਿੱਚ ਲੋਕ ਮਰ ਜਾਣ ਅਤੇ ਸਰਕਾਰ ਸੁੱਤੀ ਰਹਿ ਜੇ। ਇਹ ਲੋਕ ਵਾਰ ਵਾਰ ਉਹਨਾਂ ਨੂੰ ਜਗਾਉਂਦੇ ਆ ਪਰ ਉਹਨਾਂ 'ਤੇ ਕੋਈ ਅਸਰ ਨਹੀਂ। ਹੁਣ ਅਣਮਿੱਥੇ ਸਮੇਂ ਲਈ ਬੈਠ ਗਿਆ ਸ਼੍ਰੋਮਣੀ ਅਕਾਲੀ ਦਲ, ਹਮੇਸ਼ਾ ਇਹਨਾਂ ਦੇ ਨਾਲ ਆ, ਪਹਿਲਾਂ ਵੀ ਸੀ ਸ਼ੁਰੂ ਤੋਂ ਅਤੇ ਅੱਜ ਤੱਕ ਵੀ, ਅਤੇ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਦਾ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹਨਾਂ ਨਾ ਰਹੇਗਾ। ਮੈਂ ਇੱਕ ਚੇਤਾਵਨੀ ਵੀ ਦਿੰਦਾ ਕਿ ਜਿਨ੍ਹਾਂ ਦੇ ਨੌਜਵਾਨ ਬੱਚੇ ਤੁਰ ਗਏ ਨੇ ਅਤੇ ਬਜ਼ੁਰਗ ਠੰਡ ਦੇ ਵਿੱਚ ਸਰਕਾਰ ਨੂੰ ਜਗਾਉਣ ਵਾਸਤੇ ਧਰਨਾ ਲਾ ਕੇ ਬੈਠੇ ਨੇ, ਉਹ ਕੋਈ ਵੀ ਉਹਨਾਂ 'ਚ ਬਜ਼ੁਰਗਾਂ ਦੇ ਵਿੱਚੋਂ ਜਾਂ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ, ਮਿਸਹੈਪਨਿੰਗ ਹੋ ਜਾਂਦੀ ਆ, ਉਹ ਸਿਵਲ ਪ੍ਰਸ਼ਾਸਨ, ਡੀਸੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਔਰ ਅਸੀਂ ਉਹਨਾਂ 'ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਨਾਂ ਚਿਰ ਇਹਨਾਂ ਦਾ ਸਾਥ ਨਹੀਂ ਛੱਡੇਗਾ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ।